ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਸਿੰਪਲ ਜਿਹੇ ਡਿਜ਼ਾਇਨ ਨੂੰ, ਸਿਰਫ ਇੱਕ ਤੱਗ ਦੇ ਡਿਜ਼ਾਇਨ ਨੂੰ ਸਟਾਈਲਿਸ਼ ਡਿਜ਼ਾਇਨ ਬਣਾਵਾਂਗੇ। ਕਿਵੇਂ ਬਣਾਵਾਂਗੇ ਉਹ ਤੁਸੀਂ ਦੇਖਣਾ। ਪਹਿਲਾਂ ਕੋਈ ਵੀ ਬਾਰਡਰ ਬਣਾ ਲਓ, ਫਿਰ ਆਪਾਂ ਕੀ ਕਰਨਾ ਹੈ, ਇਹਨੂੰ ਸਿੱਧਾ ਸਿੱਧਾ ਬੁਣਨਾ। ਇਸ ਤਰ੍ਹਾਂ ਆਪਾਂ ਇਹ ਪਹਿਲੀ ਸਿਲਾਈ ਨੂੰ 12 ਸਿਲਾਈਆਂ ਦਾ ਡਿਜ਼ਾਇਨ ਹੈ, 6 ਸਿਲਾਈਆਂ ਸਿੱਧੀ ਸਾਈਡ, 6 ਉਲਟੀ ਸਾਈਡ। ਇੰਨਾ ਸੌਖਾ ਗਾ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਇੰਨਾ ਸੋਹਣਾ ਵੀ ਬਣ ਸਕਦਾ ਇੰਨੇ ਸੌਖੇ ਤਰੀਕੇ ਨਾਲ ਡਿਜ਼ਾਇਨ। ਇਹ ਸਾਰੇ ਆਪਾਂ ਸਿੱਧੀ ਸਾਈਡ ਸਿੱਧੀ ਸਿੱਧੀ ਬੁਣਾਂਗੇ। ਪਹਿਲਾਂ ਨੀਚੇ ਕੋਈ ਬਾਰਡਰ ਬਣਾ ਲਓ, ਫਿਰ ਆਪਾਂ ਇੱਕ ਸਿਲਾਈ ਸਿੱਧੀ ਕੱਢਾਂਗੇ। ਉਲਟੀ ਸਾਈਡ ਡਿਜ਼ਾਇਨ ਦੀਆਂ ਹਰ ਸਿਲਾਈਆਂ ਉਲਟੀਆਂ ਲੰਘਣਗੀਆਂ। ਇਸ ਤਰ੍ਹਾਂ ਉਲਟੀ ਸਾਈਡ ਆਪਾਂ ਇਹਨੂੰ ਉਲਟਾ ਉਲਟਾ ਕਰਾਂਗੇ। ਉਲਟੀ ਸਾਈਡ ਸਾਰੀਆਂ ਸਿਲਾਈਆਂ ਇਸ ਤਰ੍ਹਾਂ ਹੀ ਲੰਘਣਗੀਆਂ, ਉਲਟੀਆਂ ਉਲਟੀਆਂ। ਇੰਨਾ ਸੋਹਣਾ ਡਿਜ਼ਾਇਨ ਬਣ ਕੇ ਆਊਗਾ, ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਵੀ ਇਹ ਇੰਨਾ ਸੌਖਾ ਡਿਜ਼ਾਇਨ ਹੈ, ਇੰਨਾ ਵਧੀਆ ਬਣ ਸਕਦਾ। ਫਿਰ ਆਪਾਂ ਇਹਨੂੰ, ਇਹ ਆ ਗਈ ਆਪਣੀ ਤੀਜੀ ਸਿਲਾਈ, ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਸਿੱਧਾ ਸਿੱਧਾ ਬੁਣਾਂਗੇ। ਇਹ ਗੈਪ ਵਾਸਤੇ ਦਿੱਤੀਆਂ ਨੇ ਆਪਣੇ, 6 ਸਿਲਾਈਆਂ ਦਿੱਤੀਆਂ ਨੇ, 3 ਸਿੱਧੀ ਸਾਈਡ, 3 ਉਲਟੀ ਸਾਈਡ। ਤੁਸੀਂ ਚਾਹੋ ਤਾਂ 2 ਦੇ ਸਕਦੇ ਹੋ, 2 ਸਿੱਧੀ ਸਾਈਡ, 2 ਉਲਟੀ ਸਾਈਡ। ਇਸ ਤਰ੍ਹਾਂ ਇਹ ਆਪਣੀ ਤੀਜੀ ਸਿਲਾਈ ਹੋ ਗਈ। ਇਹ ਵੀ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ, ਉਲਟੀ ਸਾਈਡ ਨੂੰ ਆਪਾਂ ਉਲਟਾ ਉਲਟਾ ਕੱਢਾਂਗੇ। ਇਸ ਤਰ੍ਹਾਂ ਇਹ ਆਪਣੀ ਉਲਟੀ ਸਾਈਡ ਹੈ, ਇਹਨੂੰ ਸਾਰਿਆਂ ਨੂੰ ਆਪਣੇ ਕਣੀ ਮੂੰਹ ਕਰਕੇ ਇਸ ਤਰ੍ਹਾਂ ਉਲਟਾ ਉਲਟਾ ਬਣਾ ਲਾਂਗੇ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ, ਤਾਂ ਜੋ ਵੀ ਅਸੀਂ ਵੀਡੀਓ ਬਣਾਉਂਦੇ ਹਾਂ ਉਹ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਪਹੁੰਚ ਸਕੇ। ਹੁਣ ਆਪਾਂ ਆ ਗਏ 5ਵੀਂ ਸਿਲਾਈ 'ਤੇ। ਇਹ ਆਪਾਂ ਕੱਢਣੀਆਂ ਨੇ 3 ਸਿਲਾਈਆਂ ਆਪਣੀ ਸਿੱਧੀ ਸਾਈਡ ਹੋ ਜਾਂਦੀਆਂ, 3 ਉਲਟੀ ਸਾਈਡ, 6 ਸਿਲਾਈਆਂ ਆਪਾਂ ਇਸ ਤਰ੍ਹਾਂ। ਇਹ 6 ਸਿਲਾਈਆਂ ਗੈਪ ਵਾਸਤੇ ਨੇ, 6 ਡਿਜ਼ਾਇਨ ਵਾਸਤੇ ਨੇ। ਜਿਹੜੀਆਂ ਡਿਜ਼ਾਇਨ ਦੀਆਂ ਨੇਗੀਆਂ ਉਹ ਵੀ ਤੁਸੀਂ ਵਧਾ ਕਢਾ ਸਕਦੇ ਹੋ, ਅਤੇ ਇਹ ਵੀ ਬਹੁਤ ਸੋਹਣਾ ਲੱਗਦਾ। ਉਸਨੂੰ ਬਣਾਇਆ ਹੋਇਆ ਦਿਖਾਵਾਂਗੇ ਐਂਡ 'ਤੇ, ਆਪਾਂ ਬਣਾਇਆ ਹੋਇਆ, ਐਂਡ ਤੱਕ ਵੀਡੀਓ ਜ਼ਰੂਰ ਵੇਖਿਓ। ਇਹ ਹੁਣ ਆਪਣੀ ਆ ਗਈ 6ਵੀਂ ਸਿਲਾਈ, ਇਸ ਤੋਂ ਬਾਅਦ ਆਪਾਂ ਡਿਜ਼ਾਇਨ ਪਾਵਾਂਗੇ। ਇਹ ਗੈਪ ਵਾਸਤੇ ਦਿੱਤੀਆਂ ਨੇ, ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ। ਜਿਹੜਾ ਇਹ ਡਿਜ਼ਾਇਨ ਆ, ਸਿਰਫ ਇੱਕ ਸਿਲਾਈ ਦਾ ਡਿਜ਼ਾਇਨ ਆ ਅਤੇ ਇੱਕ ਇੱਕ ਤਾਗੇ ਦੀ ਡਿਜ਼ਾਇਨ ਆ। ਕਿਸੇ ਵੀ ਪ੍ਰੋਜੈਕਟ 'ਚ ਰੱਖਣਾ ਤੁਸੀਂ ਇੱਕ ਇੱਕ ਤਾਗੇ ਦੇ ਹਿਸਾਬ ਨਾਲ ਡਿਜ਼ਾਇਨ ਰੱਖ ਸਕਦੇ ਹੋ। ਅਤੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਬਣਾ ਕੇ ਦਿਖਾਇਆ ਸੀ, ਆਪਾਂ ਥੋੜ੍ਹਾ ਜਿਹਾ 'ਚ ਚੇਂਜ ਕੀਤਾ ਗਾ। ਤੁਸੀਂ ਪਹਿਲਾਂ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ, ਇਸ ਤਰ੍ਹਾਂ ਇਹਨੂੰ ਆਪਾਂ ਕਰ ਲਾਂਗੇ। ਹੁਣ ਆਪਾਂ ਕੀ ਕਰਨਾ ਹੈ, ਆਪਣੀ ਗੈਪ ਵਾਸਤੇ ਹੋ ਗਈ, ਪਹਿਲਾਂ ਤਾਗਾ ਬਿਨਾਂ ਬੁਣੇ ਉਤਾਰਾਂਗੇ, ਦੂਜਾ ਤਾਗਾ ਆਪਾਂ ਇਸ ਤਰ੍ਹਾਂ ਬੁਣ ਲਾਂਗੇ, ਫਿਰ ਬਿਨਾਂ ਬੁਣੇ ਉਤਾਰਾਂਗੇ, ਫਿਰ ਬੁਣ ਲਾਂਗੇ, ਬਿਨਾਂ ਬੁਣੇ ਉਤਾਰਾਂਗੇ, ਫਿਰ ਬੁਣ ਲਾਂਗੇ। ਇਹ ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਹੀ ਕੱਢਣੀ ਆ। ਇੱਕ ਤਾਗਾ ਬਿਨਾਂ ਬੁਣੇ ਉਤਾਰਨਾ, ਇੱਕ ਬੁਣਨਾ, ਤਾਗਾ ਆਪਣੀ ਸਾਈਡ ਹੀ ਰੱਖਣਾ, ਇਹ ਸਿੱਧੀ ਸਾਈਡ ਆ। ਇਸ ਤਰ੍ਹਾਂ ਇਹਨੂੰ ਆਪਾਂ ਬੁਣ ਲਾਂਗੇ, ਲਾਸਟ ਵਾਲਾ ਆਪਾਂ ਇੱਕ ਰਹੇਗਾ ਆਪਣੇ ਕੋਲ, ਇਸ ਤਰ੍ਹਾਂ ਬਣਾ ਲਾਂਗੇ। ਅਤੇ ਜਿਹੜੀ ਬੈਕ ਸਾਈਡ ਹੈ, ਬੈਕ ਸਾਈਡ ਇਹਦੀ ਸਾਰੀ ਇਸ ਤਰ੍ਹਾਂ ਉਲਟਾ ਉਲਟਾ ਹੀ ਬਣਾਵਾਂਗੇ। ਇਹ ਆਪਾਂ ਸਿੰਪਲ ਜਿਹੇ ਡਿਜ਼ਾਇਨ ਨੂੰ, ਡਿਜ਼ਾਇਨ ਸਿੰਪਲ ਹੈ, ਬਿਲਕੁਲ ਈਜ਼ੀ ਹੈ, ਅਤੇ ਇਹਨੂੰ ਆਪਾਂ ਨਵੇਂ ਤਰੀਕੇ ਨਾਲ ਤੁਹਾਡੇ ਅੱਗੇ ਰੱਖਿਆ ਗਾ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਪਸੰਦ ਆਇਆ। ਇਸ ਤਰ੍ਹਾਂ ਹੁਣ ਆਪਾਂ ਆ ਗਏ ਡਿਜ਼ਾਇਨ ਦੀ ਦੂਜੀ ਸਿਲਾਈ 'ਤੇ। ਉਸੇ ਤਰ੍ਹਾਂ ਹੀ ਜਿਹੜਾ ਤਾਗਾ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ ਬਿਨਾਂ ਬੁਣੇ ਉਤਾਰਨਾ, ਜਿਹੜਾ ਬੁਣਿਆ ਸੀ ਉਹਨੂੰ ਬੁਣਨਾ, ਜਿਹੜਾ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ ਉਤਾਰਨਾ। ਇਹ ਗੱਲ ਦਾ ਧਿਆਨ ਰੱਖਣਾ ਵੀ ਜਿਹੜਾ ਆਪਾਂ ਉਤਾਰਿਆ ਸੀ ਉਹਨੂੰ ਉਤਾਰਨਾ ਹੀ ਆ, ਜਿਹੜਾ ਬੁਣਿਆ ਸੀ ਉਹਨੂੰ ਬੁਣਨਾ ਹੀ ਆ। ਇਸ ਤਰ੍ਹਾਂ ਆਪਾਂ ਇਹਦੀ ਸਿਲਾਈ ਦਾ ਸਿਰਫ ਇੱਕ ਦਾ ਡਿਜ਼ਾਇਨ ਹੈ, ਜਿਸ ਤਰ੍ਹਾਂ ਆਪਾਂ ਪਹਿਲੀ ਸਿਲਾਈ ਪਾਈ ਆ ਉਸੇ ਤਰ੍ਹਾਂ ਹੀ ਇਹ ਆਪਾਂ 3 ਸਿਲਾਈਆਂ ਪਾਵਾਂਗੇ, 2 ਪੈ ਗਈਆਂ। ਹੁਣ ਆਪਾਂ ਆ ਗਏ ਇੱਧਰਲੀ ਬੈਕ ਸਾਈਡ, ਬੈਕ ਸਾਈਡ ਸਾਰਾ ਉਲਟਾ ਉਲਟਾ ਕੱਢਣਾ।
ਬੈਕ ਸਾਈਡ ਡਿਜ਼ਾਇਨ ਵਾਲੀ ਵੀ ਗੈਪ ਵਾਲੀ ਵੀ ਤੁਹਾਨੂੰ ਦੱਸਿਆ ਵੀ ਸਾਰੀਆਂ ਸਿਲਾਈਆਂ ਆਪਾਂ ਇਸ ਤਰ੍ਹਾਂ ਉਲਟਾ ਉਲਟਾ ਕਰਕੇ ਬੁਣਾਂਗੇ। ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹਾਂ ਇਹ ਆਲ ਪ੍ਰੋਜੈਕਟ ਡਿਜ਼ਾਇਨ ਆ, ਬਹੁਤ ਘੈਂਟ ਲੱਗਦਾ ਹੈਗਾ, ਬਣਾ ਕੇ ਜ਼ਰੂਰ ਵੇਖਿਓ ਇਸ ਤਰ੍ਹਾਂ ਨੂੰ। ਜਿਹੜਾ ਆਪਾਂ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ ਉਸੇ ਤਰ੍ਹਾਂ ਉਤਾਰਨਾ, ਜਿਹੜਾ ਬੁਣਿਆ ਸੀ ਆਪਾਂ ਉਸੇ ਤਰ੍ਹਾਂ, ਜਿਹੜਾ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ, ਜਿਹੜਾ ਬੁਣਿਆ ਸੀ ਉਹਨੂੰ ਬੁਣਨਾ, ਜਿਹੜਾ ਉਤਾਰਿਆ ਸੀ ਉਹਨੂੰ ਉਤਾਰਨਾ, ਜਿਹੜਾ ਬੁਣਿਆ ਸੀ। ਬਸ ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜਾ ਬੁਣਿਆ ਸੀ ਉਸੇ ਨੂੰ ਬੁਣਨਾ, ਜਿਹੜਾ ਉਤਾਰਿਆ ਸੀ ਉਸੇ ਨੂੰ ਉਤਾਰਨਾ। ਹੁਣ ਆਪਣੀ ਇਹ ਆ ਗਈ ਡਿਜ਼ਾਇਨ ਦੀ ਲਾਸਟ ਸਿਲਾਈ, ਇਹਨੂੰ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਸਿੱਧਾ ਬਣਾ ਲਾਂਗੇ। ਤੁਹਾਨੂੰ ਆਪਾਂ ਦਿਖਾਉਂਦੇ ਹਾਂ ਹਿੰਡ ਤੱਕ ਇਹ ਡਿਜ਼ਾਇਨ ਬਣ ਕੇ ਕਿਵੇਂ ਆਊਗਾ, ਬਹੁਤ ਪਿਆਰਾ ਲੱਗਦਾ। ਇਸ ਤਰ੍ਹਾਂ ਹੀ ਆਪਾਂ ਨੂੰ ਉਲਟਾ ਉਲਟਾ ਕਰਕੇ ਸਾਰੀ ਸਿਲਾਈ ਕੰਪਲੀਟ ਕਰ ਦਾਂਗੇ, ਅਤੇ ਬਣਦਾ ਵੀ ਇੰਨਾ ਜਲਦੀ ਜਲਦੀ ਆ। ਜਦੋਂ ਤੁਸੀਂ ਕੋਈ ਕੋਟੀ ਸਵੈਟਰ ਬੁਣੋਗੇ ਤਾਂ ਬਹੁਤ ਜਲਦੀ ਬਣ ਕੇ ਆਊਗਾ। ਇਸ ਤਰ੍ਹਾਂ ਇਹ ਬਣਦਾ, ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾਉਂਦੇ ਆਪਾਂ। ਇਸ ਤਰ੍ਹਾਂ ਬਣ ਕੇ ਆਊਗਾ। ਤਿੰਨ ਸਿਲਾਈਆਂ ਆਪਾਂ ਗੈਪ ਵਾਸਤੇ ਪਾਈਆਂ ਨੇ, ਤਿੰਨ ਆਪਾਂ ਫਿਰ ਇਹ ਪਾਤੀਆਂ, ਤਿੰਨ ਫਿਰ ਗੈਪ ਦੀਆਂ, ਤਿੰਨ ਫਿਰ ਅੱਗੇ ਪਾਵਾਂਗੇ। ਇਸ ਤਰ੍ਹਾਂ ਇਹ ਆਪਣਾ ਪੂਰਾ ਡਿਜ਼ਾਇਨ ਬਣ ਜੂਗਾ ਸਿਰਫ ਇੱਕ ਸਿੰਪਲ ਸਿਲਾਈ ਦੇ ਨਾਲ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ। ਸਾਡੀ ਵੀਡੀਓ ਵੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ।